Normal. कपूरथला विच आम आदमी पार्टी ने रोस प्रदर्शन किया है। उन्होंने कांग्रेस पार्टी के उम्मीदवार राणा गुरजीत सिंह के खिलाफ प्रशासनिक धक्केशाही के दोष लगाउंदिया होया यह रोस प्रदर्शन किया। एक स्थानक महिला जो कि पहला भी पैसों के लैण देण के मामले में पुलिस प्रशासन और कैबिनेट मंत्री राणा गुरजीत सिंह के दोष लगा के प्रदर्शन कर चुकी है। पुलिस प्रशासन वालों इस मामले में मदद ना करन दे दोष लगा के अपने उपर एसिड पा के एक महिला ने आत्महत्या करन दी कोशिश की है। प्रशासन वालों उसनू हस्पताल पहुँचा के इलाज करवाया जा रहा है। सरकारी हस्पताल के डॉक्टरी अमले का कहना है कि पीड़िता की हालत हुण स्थिर है। ਜਿਹੜਾ ਸਾਡੇ ਕੋਲ ਐਮਰਜੈਂਸੀ ਵਿੱਚ ਆਇਆ ਵਾ ਜੋ ਕਿ ਹਿਸਟਰੀ ਹੈਗੀ ਆ ਐਸਿਡ ਮਤਲਬ ਆਪਣੇ ਆਪ 'ਤੇ ਪਾਇਆ ਹੈਗਾ ਹੈ ਬਟ ਮੋਸਟ ਪ੍ਰੋਬੇਬਲੀ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਸਟਰੋਂਗ ਐਸਿਡ ਹੈਗਾ ਕਿਉਂਕਿ ਵਿਜੀਬਲ ਕੋਈ ਚਾਰਿੰਗ ਨਹੀਂ ਹੈਗੀ ਅਤੇ ਦੂਸਰੀ ਗੱਲ ਇਹ ਆ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਪਰ ਮੈਨੂੰ ਜਿੱਥੇ ਤੱਕ ਲੱਗਦਾ ਮੋਸਟ ਪ੍ਰੋਬੇਬਲੀ ਸਾਈਕੈਟ੍ਰਿਕ ਹਿਸਟਰੀ ਹੈ ਕੋਈ ਮੈਡੀਕੇਸ਼ਨ ਦੀ ਕਿਉਂਕਿ ਪੇਸ਼ੈਂਟ ਬਹੁਤ ਐਕਸੈਸਿਵਲੀ ਟੌਕਸਿਕ ਆ ਅਤੇ ਪੇਸ਼ੈਂਟ ਬਹੁਤ ਜ਼ਿਆਦਾ ਅਗਰੈਸਿਵ ਆ ਈਵਨ ਜਿਹੜੇ ਪੁਲਿਸ ਆਫਿਸਰਸ ਆ ਉਹਨਾਂ ਨੂੰ ਕਰਨਾ ਬਹੁਤ ਔਖਾ ਹੋਇਆ ਪਿਆ ਕੰਟਰੋਲ ਬਿਕੋਜ਼ ਮੇ ਬੀ ਉਹਦੀ ਕੋਈ ਸਾਈਕੈਟ੍ਰਿਕ ਹਿਸਟਰੀ ਆ ਮੇਨੀਆ ਲੱਗ ਰਿਹਾ ਉਹਨੂੰ ਦੇਖ ਕੇ ਇਸ ਕਰਕੇ ਟ੍ਰੀਟਮੈਂਟ ਤੋਂ ਰਿਫਿਊਜ਼ ਕਰੀ ਜਾ ਰਿਹਾ ਪੇਸ਼ੈਂਟ ਬਹੁਤ ਜ਼ਿਆਦਾ ਅਸੀਂ ਆਪਣੇ ਵੱਲੋਂ ਉਹਨੂੰ ਜਿਹੜੀ ਬੋਡੀ 'ਤੇ ਕਰੀਮ ਵਗੈਰਾ ਲਗਾਈ ਦੀ ਹੈ ਹੈ ਨਾ ਬਰਨ ਸੀ ਉਹ ਵੀ ਨਹੀਂ ਲਵਾ ਰਿਹਾ ਈਵਨ ਪੇਸ਼ੈਂਟ ਆਈ ਵੀ ਲਾਈਨ ਵੀ ਨਹੀਂ ਬਣਵਾ ਰਿਹਾ ਅਤੇ ਅਸੀਂ ਇਹਦੇ ਵਿੱਚ ਸਾਈਕੈਟ੍ਰਿਕ ਕਾਲ ਕਰਵਾ ਚੁੱਕੇ ਹਾਂ ਜਿਹੜੇ ਸਾਡੇ ਸਪੈਸ਼ਲਿਸਟ ਆ ਸਰਜੀਕਲ ਕਾਲ ਵੀ ਹੋ ਚੁੱਕੀ ਹੈ ਸਾਰੀ ਜਿਹੜੀ ਵੀ ਇਹਦੀ ਟ੍ਰੀਟਮੈਂਟ ਆ ਉਹਦੇ ਅਕੋਰਡਿੰਗ ਆਪਾਂ ਕਰ ਰਹੇ ਹਾਂ ਬਟ ਪੇਸ਼ੈਂਟ ਬਹੁਤ ਨੋਨ ਕੰਪਲਾਇੰਟ ਹੈ ਸਾਡੇ ਨਾਲ ਪੇਸ਼ੈਂਟ ਹੁਣ ਖਤਰੇ ਤੋਂ ਬਾਹਰ ਹੈ ਪੇਸ਼ੈਂਟ ਵੈਸੇ ਜੀ ਸੀ ਐੱਸ ਉਹਦਾ ਸਟੇਬਲ ਆ ਆਪਾਂ ਇੱਕ ਸਕੋਰਿੰਗ ਹੁੰਦੀ ਆ ਜੀ ਸੀ ਐੱਸ ਉਹ 15 ਸਕੋਰ ਹੁੰਦੇ ਆ ਪੇਸ਼ੈਂਟ ਬਿਲਕੁਲ ਕਾਮ ਆ ਕੌਨਸ਼ੀਅਸ ਆ ਓਰੀਐਂਟਿਡ ਆ ਬਟ ਪੇਸ਼ੈਂਟ ਨੂੰ ਦੇਖ ਕੇ ਲੱਗ ਰਿਹਾ ਉਹਦੇ ਬਰਨਿੰਗ ਸੈਂਸੇਸ਼ਨ ਆ ਬਟ ਕੋਈ ਵਿਜ਼ੀਬਲ ਬਰਨਸ ਨਹੀਂ ਹੈਗੇ ਉਹਦੇ ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਸੰਬੰਧੀ ਹਜੇ ਤੱਕ ਕੋਈ ਵੀ ਸਪਸ਼ਟ ਜਾਣਕਾਰੀ ਨਹੀਂ ਦੇ ਰਿਹਾ ਕਿਉਂ ਲੈ ਕੇ ਚੁੱਕੇ ਕਿਉਂ ਲੈ ਆਏ ਆ ਕੁਝ ਕੀਤਾ ਹੈ ਨੇ ਕਿਉਂ ਲੈ ਆਏ ਤੁਸੀਂ ਉਦੋਂ ਚੁੱਕ ਕੇ ਲੈ ਆਏ ਉਦੋਂ ਚੁੱਕ ਲੈ ਆਏ ਜਨਾਨੀ ਫਿਰ ਕੋਈ ਗੱਲ ਹੋਈ ਤਾਂ ਹੀ ਚੱਕ ਕੇ ਲੈ ਆਏ ਇਹਨੂੰ ਫਿਰ ਤੁਸੀਂ ਇੱਥੇ ਲੈ ਕੇ ਕਿਉਂ ਆਏ ਜੇ ਪਤਾ ਹੀ ਨਹੀਂ ਤੁਹਾਨੂੰ ਕੁਝ ਵੀ ਚੀਜ਼ ਦਾ ਕੋਈ ਗੱਲ ਤਾਂ ਹੋਏਗੀ ਕੋਈ ਗੱਲ ਤੇ ਹੋਈ ਜੇ ਤੁਹਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਤੁਸੀਂ ਇਹ ਆਏ ਕਿਉਂ ਲੈ ਕੇ ਆਏ ਕੋਈ ਅਰੈਸਟ ਕੀਤਾ ਹੈ ਇਹਨੂੰ ਕੋਈ ਮੁਲਜ਼ਮ ਹੈ ਇਹ ਤੁਸੀਂ ਲੈ ਕੇ ਆਏ ਨਾ ਡਾਕਟਰ ਸਾਹਿਬ ਉਹ ਕਿਉਂ ਲੈ ਕੇ ਆਏ ਹਾਂਜੀ ਚੁੱਕ ਕੇ ਲੈ ਕੇ ਆਏ ਆ ਜੀ ਮਾਜੂ ਸਾਡੇ ਨਾਲ ਦਾ ਡੀਡੀ ਕਾਸਟਿਊਮ ਲੈ ਕੇ ਆਏ ਜੀ ਕੱਲ ਨੂੰ ਲਿਆਏ ਜੀ ਕੱਲ ਡਾਕਟਰ ਸਾਹਿਬ ਲਿਆਏ ਕਿਉਂ ਲੈ ਕੇ ਆਏ ਇਹਦੇ ਬਾਰੇ ਨਹੀਂ ਪਤਾ ਜੀ देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप हुण तुहाडा अपना अजीत हर सोशल मीडिया प्लेटफार्म दे उत्ते उपलब्ध है फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी तुहाडा अपना अजीत हुण ट्विटर ते इंस्टाग्राम दे उत्ते भी उपलब्ध है ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।